ਬਚਪਨ ਦੀ ਇਹੋ ਜਿਹੀ ਕਿਹੜੀ ਯਾਦ ਹੈ ਜਿਹੜੀ ਅੱਜ ਵੀ ਰਹਿ ਰਹਿ ਕੇ ਤੁਹਾਡੇ ਅੱਗੇ ਆਉਂਦੀ ਹੈ, ਜਾਂ ਇਹੋ ਜਿਹੀ ਕੋਈ ਗੱਲ, ਕੋਈ ਇੰਸੀਡੈਂਟ? ਬਹੁਤ ਹੋਣੇ ਮੈਨੂੰ ਇੱਕ ਕਈ ਹੁੰਦੇ ਨਾ, ਕਈ ਐਕਸੀਡੈਂਟ ਹੁੰਦੇ ਜਿਹੜੇ ਤੁਹਾਨੂੰ ਸਾਰੀ ਉਮਰ ਨਹੀਂ ਭੁੱਲਦੇ, ਉਹ ਫਨੀ ਵੀ ਹੋ ਜਾਂਦੇ ਆ ਅਤੇ ਯਾਦਗਾਰ ਵੀ ਹੋ ਜਾਂਦੇ ਆ। ਅਤੇ ਉਹ ਇੱਕ ਛੋਟੇ ਛੋਟੇ ਹੁੰਦੇ ਸੀਗੇ ਅਤੇ ਘਰਦਿਆਂ ਨੇ ਨਾ ਅਨਾਰ ਲਏ ਅਤੇ ਅਨਾਰਾਂ ਦੇ ਦਾਣੇ ਕੱਢ ਕੇ ਅਤੇ ਉੱਪਰ ਜਿਵੇਂ ਉਤਲੀ ਸ਼ੈਲਫ 'ਤੇ ਰੱਖ ਤੇ ਕਿਸੇ ਡੱਬੇ 'ਚ ਪਾ ਕੇ ਕਿ ਚੱਲ ਬਾਅਦ 'ਚ ਇਹਨਾਂ ਨੂੰ ਦੇ ਦਾਂਗੇ, ਹੈ ਨਾ। ਘਰ ਦੇ ਚਲੇ ਗਏ ਕਿਤੇ, ਮੈਂ ਅਤੇ ਮੇਰਾ ਦੋਸਤ ਸੀਗੇ, ਅਸੀਂ ਕੁਰਸੀਆਂ, ਇੱਕ ਕੁਰਸੀ ਲਾਈ, ਫਿਰ ਉਹ 'ਤੇ ਦੂਜੀ ਲਾਈ, ਫਿਰ ਉਹਦੇ 'ਤੇ ਇੱਕ ਸਟੂਲ ਲਾ ਕੇ ਚੜ੍ਹ ਕੇ, ਅਤੇ ਉਹ ਡੱਬਾ ਹੱਥ 'ਚ ਆ ਗਿਆ ਅਤੇ ਉਹ ਥੱਲੇ ਦਾ ਕੀ ਕਰਨਾ ਸੀ, ਮੈਂ ਉਹਨੂੰ ਖੋਲ੍ਹ ਕੇ ਅਤੇ ਮੈਂ ਮੁੱਠ ਭਰ ਕੇ ਨਾ ਮੂੰਹ 'ਚ ਪਾ ਲਏ ਦਾਣੇ ਅਨਾਰ ਦੇ, ਅਤੇ ਉਹਨੇ ਚਿਰ ਨੂੰ ਘਰ ਦੇ ਆ ਗਏ ਅਤੇ ਉਹ ਕੁਰਸੀ ਹਿੱਲ ਗਈ, ਮੈਂ ਥੱਲੇ ਗਿਰ ਗਿਆ। ਜਦੋਂ ਮੈਂ ਥੱਲੇ ਗਿਰਿਆ ਅਤੇ ਘਰਦਿਆਂ ਨੇ ਦੇਖਿਆ ਕਿ ਮੇਰੇ ਮੂੰਹ 'ਚੋਂ ਦਾਣੇ ਗਿਰੇ, ਉਹਨਾਂ ਨੂੰ ਲੱਗਿਆ ਮੇਰੇ ਦੰਦ ਟੁੱਟ ਗਏ। ਅਤੇ ਘਰਦੇ ਕਹਿੰਦੇ ਕੀ ਹੋ ਗਿਆ ਪੁੱਤ, ਠੀਕ ਹੈ ਮੈਂ ਬੋਲਾਂ ਨਾ, ਹੈ ਨਾ, ਮੈਂ ਕਹਾਂ। ਉਹ ਕਹਿੰਦੇ ਮੁੰਡੇ ਦੇ ਦੰਦ ਟੁੱਟ ਗਏ, ਇਹਨੂੰ ਡਾਕਟਰ ਕੋਲ ਲੈ ਕੇ ਜਾਓ। ਮੈਂ ਦੱਸਾਂ ਨਾ ਵੀ ਮੇਰੇ ਦੰਦ ਨਹੀਂ, ਇਹਦਾ ਅਨਾਰ ਨੇ। ਸੋ ਉਹ ਫਿਰ ਉਹ ਕਈ ਵਾਰੀ ਉਹ ਚੀਜ਼ਾਂ ਫਨੀ ਵੀ ਹੋ ਜਾਂਦੀਆਂ ਨੇ। ਫਿਰ ਮੈਂ ਡਰਦੇ ਡਰਦੇ ਨੇ ਦੱਸਿਆ ਵੀ ਮੈਂ ਤਾਂ ਆਹ ਵੀ ਮੇਰੇ ਮੁੱਠ 'ਚ ਦਾਣੇ ਹੈ। ਅੱਛਾ, ਤੁਸੀਂ ਕਿਉਂਕਿ ਤੁਹਾਡਾ ਗਾਣਾ ਜਿਹੜਾ ਯਾਰ ਅਨਮੁੱਲੇ ਕਲਟ ਸੌਂਗ ਬਣ ਗਿਆ, ਹਜੇ ਵੀ ਹੈਗਾ ਹੀ ਹੈ, ਹੈ ਨਾ ਜੀ, ਪਰ ਤੁਹਾਨੂੰ ਆਪਣੇ ਦੋਸਤਾਂ ਦੇ ਨਾਮ ਯਾਦ ਨੇ ਕਾਲਜ ਸਕੂਲ ਦੇ? ਆਪਾਂ ਨੂੰ ਮਤਲਬ ਸਕੂਲ ਦੇ ਨਹੀਂ ਮੈਂ ਕਹਿ ਸਕਦਾ, ਕਿਉਂਕਿ ਸਕੂਲ ਮੇਰਾ, ਮੈਂ 10ਵੀਂ 12ਵੀਂ ਮੈਂ ਚੰਡੀਗੜ੍ਹ ਮੋਹਾਲੀ 'ਚ ਕੀਤੀ ਹੈ, ਅਤੇ ਸਕੂਲ ਦੇ ਫਰੈਂਡਸ ਨਹੀਂ ਇੰਨੇ ਮੇਰੇ ਯਾਦ ਹੈਗੇ, ਕਿਉਂਕਿ ਮੇਰਾ ਸ਼ੁਰੂ ਤੋਂ ਨਾ ਮੇਰਾ, ਮੈਨੂੰ ਹੁੰਦਾ ਸੀ, ਚਾਹੇ ਮੇਰਾ ਬਰਥ ਵੀ ਮੋਹਾਲੀ ਦਾ ਸੀ, ਚੰਡੀਗੜ੍ਹ ਦਾ ਸੀ, ਮੈਨੂੰ ਐਂ ਹੁੰਦਾ ਸੀ ਮੈਂ ਕਿਹੜੇ ਵੇਲੇ ਪਿੰਡ ਜਾਵਾਂ, ਤਾਂ ਮੇਰੇ ਜਿੰਨੇ ਵੀ ਖਾਸ ਪੱਕੇ ਯਾਰ ਬਣੇ ਨਾ ਉਹ ਸਾਰੇ ਕਾਲਜ 'ਚ ਆ ਕੇ ਬਣੇ, ਕਿਉਂਕਿ ਕਾਲਜ ਮੇਰਾ ਸੀਗਾ ਮੋਗੇ ਰੋਡ ਲੰਡੇ, ਸਾਰੇ ਸਭ ਨੂੰ ਪਤਾ ਹੀ ਹੈ। ਅਤੇ ਸਕੂਲ ਕਾਲਜ ਦੇ ਜਿਹੜੇ ਦੋਸਤ ਸੀ ਉਹ ਮੈਨੂੰ ਐਂ ਲੱਗਦਾ ਸੀ ਯਾਰ ਮੇਰੇ ਸੁਭਾਅ ਦੇ ਨਹੀਂ ਹੈਗੇ ਇਹ, ਹੈ ਨਾ, ਅਤੇ ਉਹ ਸੁਭਾਅ ਵਾਲੇ ਜਿਹੜੇ ਦੋਸਤ ਸੀ ਉਹ ਮੈਨੂੰ ਉੱਥੇ ਆ ਕੇ ਮਿਲੇ। ਸੋ ਸਾਰੇ ਹੁਣ ਉਹ ਸਾਰਿਆਂ ਦੇ ਨਾਮ ਮੇਰੇ ਗਾਣਿਆਂ 'ਚ, ਤੁਸੀਂ ਸਪੈਸ਼ਲੀ ਯਾਰ ਅਨਮੁੱਲੇ ਜਿੰਨੇ ਵੀ ਨਾਮ ਹੈ ਲਏ ਸਾਰੇ ਕਾਲਜ ਦੇ ਦੋਸਤ ਨੇ, ਉਹ ਸਕੂਲ ਦਾ ਇੱਕ ਵੀ ਹੈ ਨਹੀਂ, ਸਾਰੇ ਕਾਲਜ ਦੇ। ਸਕੂਲ ਦੇ ਮੈਨੂੰ ਇੱਕ ਦੋ ਵਾਰੀ ਮੈਨੂੰ ਮਿਲੇ, ਜਿਵੇਂ ਇੱਕ ਫਾਰਮੈਲਿਟੀ ਨਹੀਂ ਹੁੰਦੀ, ਉਵੇਂ ਜਦੋਂ ਕਾਲਜ ਵਾਲੇ ਮਿਲਦੇ ਉਹ ਕੋਈ ਫਾਰਮੈਲਿਟੀ ਨਹੀਂ ਕਰਦੇ, ਉਹ ਤਾਂ ਸਿੱਧਾ ਹੀ ਹਾਂ ਪਤੰਦਰਾ ਕਿੱਥੇ ਹੁੰਦਾ ਅੱਜ ਕੱਲ੍ਹ ਫਲਾਣਾ ਢੋਕਾ। ਸੋ ਉਹ ਮੇਰੇ ਕਾਲਜ ਵਾਲੇ ਹਜੇ ਵੀ ਨੇੜੇ ਹੀ ਆ ਸਾਰੇ। ਅੱਛਾ, ਜ਼ਿਆਦਾਤਰ ਆਪਾਂ ਕਹਿੰਦੇ ਹਾਂ ਨਾ ਸਾਇਲੈਂਸ ਇਜ਼ ਬੈਟਰ ਦੈਨ ਵਰਡਸ, ਆਪਾਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ ਬੋਲਣ ਨਾਲੋਂ ਚੁੱਪ ਚੰਗੇਰੀ ਜੀ। ਕਈ ਵਾਰ ਇੱਦਾਂ ਮਹਿਸੂਸ ਹੁੰਦਾ ਮੈਂ ਆਪਣੇ ਦਿਲ ਦੀ ਗੱਲ ਕਹਿ ਹੀ ਕਿਉਂ ਰਿਹਾ, ਬੋਲ ਹੀ ਕਿਉਂ ਰਿਹਾ, ਚੁੱਪ ਹੀ ਰਹਿਣਾ ਸਹੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਫਿਰ ਤੁਹਾਡਾ ਇੱਕ ਉਹ ਵਾਲਾ ਪੱਖ ਵੀ ਆਉਂਦਾ ਜਿਹੜਾ ਇੱਕ ਆਮ ਇਨਸਾਨ ਜੋ ਹਰ ਚੀਜ਼ 'ਚ ਉੱਦਾਂ ਹੀ ਰਿਐਕਟ ਕਰੇਗਾ ਜਿੱਦਾਂ ਐਨੀ ਨੋਰਮਲ ਪਰਸਨ ਹੋਵੇ, ਹੈ ਨਾ ਜੀ। ਸੋ ਕਦੀ ਇੱਦਾਂ ਮਹਿਸੂਸ ਹੁੰਦਾ ਕਿ ਯਾਰ ਮੈਂ ਕਾਹਤੇ ਬੋਲਾਂ? ਮੈਂ ਜ਼ਿਆਦਾ ਟਾਈਮ ਤਾਂ ਕੋਸ਼ਿਸ਼ ਇਹੀ ਕਰਦਾ, ਪਰ ਕਈ ਵਾਰੀ ਚੁੱਪ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ, ਫਿਰ ਕਈ ਵਾਰੀ ਉਹ ਸਾਰਾ ਕੁਛ ਇਕੱਠਾ ਹੀ ਬਾਹਰ ਆ ਜਾਂਦਾ ਯਾਰ। ਬਟ ਮੈਨੂੰ, ਮੈਂ ਹੁਣ ਮੈਂ ਬੜੀ ਵਾਰੀ ਸੋਚਦਾ ਹੁੰਦਾ ਵੀ ਜਿਹੜਾ ਇੱਕ ਆਰਟਿਸਟ ਹੁੰਦਾ ਉਹਨੂੰ ਇੱਕ ਰੱਬ ਦੀ ਇੱਕ ਗਿਫਟ ਹੁੰਦੀ, ਗੋਡ ਗਿਫਟ ਹੁੰਦੀ ਹੈ, ਅਤੇ ਉਹਨੂੰ ਥੋੜ੍ਹਾ ਜਿਹਾ ਮਾਲਕ ਯਾਰ ਆਪਦਾ ਹੋਣਾ ਤਾਂ ਚਾਹੀਦਾ। ਇੱਕ ਜਿਵੇਂ ਬੜੇ ਟਾਈਮ ਪਹਿਲਾਂ ਸੱਤੀ ਜੀ ਨੇ ਕਿਹਾ ਸੀ, ਸਤਿੰਦਰ ਸੱਤੀ ਨੇ, ਕਿ ਹਰੇਕ ਸ਼ਹਿਰ 'ਚ ਨਾ 1000 ਡਾਕਟਰ ਮਿਲ ਜਾਣਗੇ, 1000 ਇੰਜੀਨੀਅਰ ਮਿਲ ਜਾਣਗੇ, ਕਲਾਕਾਰ ਫਿਰ ਵੀ ਘੱਟ ਹੀ ਮਿਲਣਗੇ। ਤੁਹਾਨੂੰ ਲੋੜ ਨਹੀਂ ਕਿ ਬਹੁਤ ਜ਼ਿਆਦਾ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ, ਕਿਉਂਕਿ ਜੇ ਤੁਸੀਂ ਸਪੈਸ਼ਲ ਹੋ ਫਿਰ ਹੀ ਉਹਨੇ ਤੁਹਾਡੇ ਲਈ ਆਹ ਕੁਛ ਪਲਾਨ ਕੀਤਾ। ਸੋ ਮੈਂ ਕਿਉਂਕਿ ਜ਼ਿਕਰ ਨਹੀਂ ਕਰ ਰਹੀ ਸੀ, ਬਟ ਕਿਤੋਂ ਰਹਿ ਰਹਿ ਕੇ ਅੱਜ ਕੱਲ੍ਹ ਇੱਕ ਡਾਇਲੋਗ, ਤੁਸੀਂ ਡਰੇਕ ਨੂੰ ਜ਼ਿਆਦਾ ਪਾਪੂਲਰ ਕੀਤਾ, ਸ਼ਾਇਦ ਡਰੇਕ ਇੰਨਾ ਪਾਪੂਲਰ ਨਾ ਹੋਇਆ ਹੋਵੇ ਪਰ ਸ਼ੈਰੀ ਮਾਨ ਨੇ ਡਰੇਕ ਨੂੰ ਪਾਪੂਲਰ ਕਰਤਾ। ਇਹ ਹਰ ਜਗ੍ਹਾ ਪੁੱਛਿਆ ਜਾਂਦਾ, ਕਦੀ ਐ ਹੁੰਦਾ ਤੁਸੀਂ ਸੋਚੋ ਬਾਈ ਬਸ ਵੀ ਕਰੋ ਹੁਣ? ਨਹੀਂ ਨਹੀਂ, ਮੈਨੂੰ ਤਾਂ ਬੜਾ ਫਨੀ ਲੱਗਦੀ ਇਹ ਚੀਜ਼ ਨਾ, ਬਹੁਤ ਮੈਨੂੰ ਇਹ ਚੀਜ਼, ਜਦੋਂ ਮੈਨੂੰ ਕੋਈ ਐਕਚੁਲੀ ਕਈ ਵਾਰੀ ਕਿਸੇ ਨੂੰ ਕੋਈ ਨਾਂ ਲੈਣ ਦੀ ਵੀ ਨਹੀਂ ਲੋੜ ਪੈਂਦੀ, ਉਹ ਬਸ ਮੇਰੇ ਵੱਲ ਦੇਖਦਾ, ਮੈਂ ਉਹਦੇ ਵੱਲ ਦੇਖਦਾ ਅਤੇ ਮੈਂ ਸਮਝ ਜਾਂਦਾ, ਉਹ ਵੀ ਸਮਝ ਜਾਂਦਾ। ਸੋ ਮੈਨੂੰ ਨਹੀਂ ਕੋਈ, ਕਿੱਥੋਂ ਫੁਰਦੀਆਂ ਤੁਹਾਨੂੰ ਇਹ ਗੱਲਾਂ, ਆਉਂਦੇ ਕਿੱਥੋਂ ਹੈ? ਗਾਣੇ ਤਾਂ ਬਹੁਤ ਕਮਾਲ ਦੇ, ਰੂਹ ਦੇ ਗਾਣੇ ਹੁੰਦੇ ਆ, ਪਰ ਗੱਲਾਂ ਕਿੱਥੋਂ ਫੁਰਦੀਆਂ? ਦੇਖੋ, ਧੱਕੇ ਧੁੱਕੇ ਬਹੁਤ ਖਾਧੇ ਆ, ਹੈ ਨਾ, ਬੱਸ ਅੱਡਿਆਂ 'ਤੇ, ਕਦੇ ਕਾਲਜਾਂ 'ਚ, ਕਦੇ ਕੰਟੀਨਾਂ 'ਚ, ਆਹੀ ਕੁਛ ਕਰਦੇ ਹੁੰਦੇ ਸੀ। ਜੇ ਨਾ ਇੱਥੋਂ ਤੱਕ ਆਉਂਦੇ ਤਾਂ ਹਜੇ ਵੀ ਸ਼ਾਇਦ ਆਹੀ ਕੁਛ ਚੱਲੀ ਜਾਣਾ ਸੀਗਾ, ਪਰ ਸ਼ੁਕਰ ਹੈ ਰੱਬ ਦਾ ਕਿ ਇੱਥੋਂ ਤੱਕ ਪਹੁੰਚੇ ਹਾਂ। ਔਰ ਇੱਕ ਗੱਲ ਹੋਰ ਹੈ, ਮੈਂ ਹਮੇਸ਼ਾ, ਮੈਨੂੰ ਬੜੇ ਸਾਰੇ ਨਾ ਨਵੇਂ ਮੁੰਡੇ ਸਿੰਗਰਸ ਜਾਂ ਐਸਪਾਇਰਿੰਗ ਲਿਰਿਸਿਸਟ ਮਿਲਦੇ ਨੇ ਜਾਂ ਸਿੰਗਰ ਮਿਲਦੇ, ਉਹ ਕਹਿਣਗੇ ਭਾਅ ਜੀ ਅਸੀਂ ਬੜੇ ਦਿਨਾਂ ਤੋਂ ਲੱਗੇ ਹਾਂ, ਬੜੇ ਸਾਲਾਂ ਤੋਂ ਸਾਡਾ ਕੁਛ ਬਣਦਾ ਨਹੀਂ। ਮੈਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਵੀ ਇਹ ਜਿਹੜਾ ਆਰਟ ਹੈ ਇਹ ਇੱਕ ਜਨਮ ਦੀ ਗੱਲ ਨਹੀਂ, ਇਹ
ਇਹ ਮੈਨੂੰ ਬੜੇ ਲੋਕ ਕਹਿੰਦੇ ਸੀ ਯਾਰ ਇਹਦਾ ਇੱਕ ਗਾਣਾ ਆਇਆ ਰਾਤੇ ਰਾਤ ਹਿੱਟ ਹੋ ਗਿਆ। ਮੈਨੂੰ ਇਹ ਲੱਗਦਾ ਕਿ ਮੈਂ ਪਤਾ ਹੀ ਨਹੀਂ ਕਿੰਨੇ ਜਨਮਾਂ ਤੋਂ ਲੱਗਿਆ ਔਰ ਅਗਲੇ ਜਾਂ ਮੈਨੂੰ ਕਈ ਕਹਿ ਦਿੰਦੇ ਆ ਮੇਰੇ ਫੀਲਡ ਦੇ ਵੀ ਯਾਰ ਤੂੰ ਬਾਈ ਤੂੰ ਆਰਟਿਸਟ ਚੰਗਾ ਪਰ ਤੂੰ ਬਿਜ਼ਨਸ ਨਹੀਂ ਵਧੀਆ ਕਰਦਾ ਇਹਨੂੰ 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 ਬਿਜ਼ਨਸਮੈਨ ਨਹੀਂ ਦੇ ਟਾਈਪ ਨਹੀਂ ਇਹਨੂੰ ਤੂੰ ਕਰਦਾ ਹੈ ਨਾ। ਮੈਂ ਕਹਿੰਦਾ ਯਾਰ ਹੋ ਸਕਦਾ ਅਗਲੇ ਜਨਮ 'ਚ ਕਰ ਲਾਂ ਜਾਂ ਸਿੱਖ ਹਜੇ ਸਿੱਖ ਰਿਹਾ ਹੋਵਾਂ ਹੈ ਨਾ ਇਹ ਵੀ ਹੋ ਸਕਦਾ। ਪਰ ਕੀ ਕਹਿੰਦੇ ਆ ਜਦੋਂ ਬੰਦਾ ਜਾਂਦਾ ਨਾ ਦੁਨੀਆ ਤੋਂ ਤਾਂ ਉਹ ਜਿਵੇਂ ਜਦੋਂ ਬੰਦਾ ਘਰੋਂ ਨਿਕਲਦਾ ਘਰ 'ਚ ਅੱਗ ਲੱਗ ਜੇ ਤਾਂ ਉਹ ਫਿਰ ਜਿਹੜੀ ਬੜੀ ਜ਼ਰੂਰੀ ਚੀਜ਼ ਹੁੰਦੀ ਹੈ ਨਾ ਉਹ ਸਮੇਟ ਲੈਂਦਾ ਆਪਦਾ ਪਾਸਪੋਰਟ ਚੱਕ ਲਿਆ ਆਹ ਜਿਹੜੀ ਮੈਨੂੰ ਅੱਗੇ ਲੋੜ ਪੈਣੀ ਹੈ। ਸੋ ਉਮੀਦ ਹੈ ਜਦੋਂ ਮੈਂ ਜਾਊਂਗਾ ਤਾਂ ਐਟਲੀਸਟ ਮਿਊਜ਼ਿਕ ਤਾਂ ਮੈਂ ਸਮੇਟ ਕੇ ਲਈ ਜਾਊਂ ਨਾਲ। ਨਹੀਂ ਇੰਡਸਟਰੀ 'ਚ ਤਾਂ ਮੈਂ ਇਹ ਕਹੂੰਗਾ ਵੀ ਕੋਈ ਦੋਸਤੀ ਹੁੰਦੀ ਹੀ ਨਹੀਂ ਇਹ ਸਿਰਫ ਇੱਕ ਲਫ਼ਜ਼ ਹੈ ਕਿ ਇੰਡਸਟਰੀ 'ਚ ਕੋਈ ਦੋਸਤੀ ਹੁੰਦੀ ਹੈ ਮੈਨੂੰ ਨਹੀਂ ਲੱਗਦਾ। ਇੰਡਸਟਰੀ 'ਚ ਸਿਰਫ ਗਿਵ ਐਂਡ ਟੇਕ ਹੀ ਹੈ। ਮੈਨੂੰ ਨਹੀਂ ਮੈਨੂੰ ਇਹ ਚੀਜ਼ ਹੁਣ ਪਤਾ ਲੱਗੀ ਜਾ ਕੇ ਜਿਹੜੀ ਅਸਲ ਦੋਸਤੀ ਹੈ ਨਾ ਉਹ ਦੋਸਤ ਹੁੰਦੇ ਆ ਜਿਹੜੇ ਤੁਹਾਡਾ ਚਾਹੇ ਕੋਈ ਗਾਣਾ ਆਇਆ ਚਾਹੇ ਨਹੀਂ ਆਇਆ ਚਾਹੇ ਤੁਸੀਂ ਕਾਲਜ 'ਚ ਉਹਨਾਂ ਦੇ ਨਾਲ ਹੋ ਚਾਹੇ ਤੁਸੀਂ ਕੋਈ ਸਟਾਰ ਬਣ ਗਏ ਹੋ ਉਹ ਤੁਹਾਨੂੰ ਦੋ ਤਿੰਨ ਚੀਜ਼ਾਂ ਡੈਫੀਨੇਟਲੀ ਕਰਨਗੇ। ਇੱਕ ਤਾਂ ਉਹ ਤੁਹਾਨੂੰ ਟੋਕਣਗੇ ਜ਼ਰੂਰ ਵੀ ਯਾਰ ਆਹ ਤੇਰੀ ਗੱਲ ਨਹੀਂ ਸਾਨੂੰ ਸਹੀ ਲੱਗੀ ਹੈ ਨਾ। ਜਿਹੜਾ ਸਿਰਫ ਤੁਹਾਡੀ ਤਾਰੀਫ ਹੀ ਕਰੀ ਜਾਂਦਾ ਉਹਦੇ ਤੋਂ ਹਮੇਸ਼ਾ ਬਚੋ ਕਿਉਂਕਿ ਉਹ ਤੁਹਾਡੇ ਸਵਿੱਚ ਦੱਬ ਰਿਹਾ ਅਤੇ ਜਿਹੜੇ ਅਸਲੀ ਦੋਸਤ ਹੈ ਉਹ ਤੁਹਾਡੀ ਤਾਰੀਫ ਚਾਹੇ ਨਾ ਕਰਨ ਪਰ ਤੁਹਾਡੀ ਗਲਤ ਚੀਜ਼ ਤੁਹਾਨੂੰ ਦੱਸ ਦੇਣਗੇ ਨਾਲ ਦੀ ਨਾਲ। ਆਖਰੀ ਚੀਜ਼ ਜਿਹੜੀ ਤੁਸੀਂ ਲੱਗਿਆ ਮੈਂ ਉਹ ਸਿੱਖਿਆ ਆ ਸ਼ਹਿਰੀ ਮਾਨ ਨੇ ਆਲ ਦੀਜ਼ ਈਅਰਸ ਇਹ ਸਾਰਾ ਇੰਡਸਟਰੀ 'ਚ ਰਹਿ ਕੇ ਗਾਣੇ ਕਰਕੇ ਲੋਕਾਂ ਦੀ ਮਦਦ ਕਰਕੇ ਦੋਸਤੀਆਂ ਖੱਟ ਕੇ ਜਾਂ ਛੱਡ ਕੇ ਕੋਈ ਸਾਰ ਕੱਢਿਆ ਕੁਛ ਸਾਰ ਇਹੀ ਹੈ ਵੀ ਮੈਂ ਕਿਤੇ ਪੜ੍ਹਿਆ ਸੀ ਵੀ ਬੰਦੇ ਦੇ ਸੈੱਲ ਚੇਂਜ ਹੁੰਦੇ ਨੇ ਹਰ 7 ਸਾਲ ਬਾਅਦ। ਹੁਣ ਮੈਂ ਆਲਮੋਸਟ ਹੁਣ 40 ਟੱਚ ਕਰ ਜਾਣਾ ਸੈਪਟੰਬਰ 'ਚ ਅਤੇ ਉਹ ਕਹਿੰਦੇ ਵੀ ਹਰ ਹੁਣ ਸ਼ਾਇਦ ਮੇਰੇ ਵੀ ਥੋੜ੍ਹੇ ਜਿਹੇ ਸਿਆਣਪ ਵਾਲੇ ਸੈੱਲ ਬਦਲ ਜਾਣ ਜਾਂ ਬਦਲ ਰਹੇ ਹੁਣ ਬਾਕੀ ਇਹ ਤਾਂ ਹੁਣ ਗਾਂਹ ਜਾ ਕੇ ਹੀ ਪਤਾ ਲੱਗੂਗਾ। ਸਿੱਖਿਆ ਤਾਂ ਬੜਾ ਕੁਛ ਹੈ ਕੋਸ਼ਿਸ਼ ਇਹ ਹੈ ਵੀ ਉਹ ਜਿਹੜੀਆਂ ਗਲਤੀਆਂ ਉਹਨਾਂ ਨੂੰ ਰਿਪੀਟ ਨਾ ਕੀਤਾ ਜਾਵੇ। ਬਿਲਕੁਲ ਐਂਡ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।